ਪਿੰਦਰ ਆਏ। ਹਾਂ ਆ ਜਾ। ਆ ਗਈ ਪਿੰਦਰ, ਹੋਰ ਕਿੱਦਾਂ? ਵਧੀਆ। ਤੇ ਤੂੰ ਮੇਰੀ ਗੱਲ ਸੁਣ, ਆ ਟੋਪੀ ਟੋਪੀ ਪਾ ਨੀ, ਠੰਡ ਤੇ ਫੇਰ ਹੋ ਗਈ ਆ। ਏ ਠੰਡ ਦਾ ਇਹ ਦੱਸਿਆ ਆਪੇ, ਤੈਨੂੰ ਗੱਲ ਦੱਸਣ ਲੱਗ ਆਈ ਆ, ਐਡੀ ਦੂਰ ਤੁਰ ਕੇ ਆਈ ਤੈਨੂੰ ਗੱਲ ਦੱਸਣ ਵਾਸਤੇ। ਤੇ ਤੂੰ ਸਵੇਰੇ ਨਹੀਂ ਆਈ ਸੀ ਨਾਲੇ? ਸਵੇਰੇ ਉਹ ਸਿਆਪੇ ਦਾ ਦੱਸਣ ਲੱਗੀ ਆ। ਕੀ ਹੋ ਗਿਆ? ਹੁਣ ਕੀ ਸੀ, ਸਵਾਹ ਹੋਣਾ ਸੀਗਾ। ਮੈਂ ਆਉਂਦੀ ਸੀ ਸਕੂਟਰੀ ਤੇ। ਅੱਛਾ। ਮੈਂ ਧੁੰਦ ਬਹੁਤ ਆ ਨਾ, ਤੇ ਮੈਂ ਸਾਰਾ ਟੋਪੀ ਲਾ ਕੇ ਸਟੋਲ ਲੈ ਕੇ ਜਿੱਦਾਂ ਮੈਂ ਆਉਂਦੀ ਹੁੰਦੀ ਆ। ਅੱਜ ਤੇ ਜਿੰਦਰ ਬੜਿਆ ਕਿਤੇ ਫੈਸ਼ਨ ਮਾਰ ਕੇ ਆਈ ਆ। ਭੈਣ ਫੈਸ਼ਨ ਕਾਹਦੇ, ਸਿਆਪੇ ਉਹਦੇ ਆ, ਉਹ ਚਾਈਨਾ ਡੋਰ ਦਾ ਸਿਆਪਾ ਲੈ ਲਾ। ਆਹਾ, ਚਾਈਨਾ ਡੋਰ ਨਾਲ ਕੀ ਹੋ ਗਿਆ? ਮੈਂ ਆਉਂਦੀ ਸੀਗੀ ਤੇ ਮੈਂ ਕਿਹਾ ਚੱਲ ਨਿਆਣੇ ਨੂੰ ਪਤੰਗ ਪਤੁੰਗ ਚੜਾਉਂਦੇ ਆ, ਚੱਲ ਹੋਲੀ ਸਕੂਟਰੀ ਖੜਦੀ ਆ। ਇਹ ਮੈਨੂੰ ਕੀ ਪਤਾ ਸੀ ਕਿ ਮੋਰੇ ਡੋਰ ਦੇ ਪਿੱਛੇ ਦੌੜਿਓ ਸੀਗੇ। ਅੱਛਾ। ਤੇ ਉਹ ਚਾਈਨਾ ਡੋਰ ਸੀਗੀ। ਮੈਂ ਜਿੱਦਾਂ ਸਕੂਟਰੀ ਤੇ ਆਈ ਤੇ ਭੈਣੇ ਬਚ ਗਈ, ਮੈਂ ਕਿਤੇ ਧੋਣ ਧੂਤ ਨੀ ਫਿਰ ਗਈ। ਉਹ ਜਿੱਦਾਂ ਮੈਂ ਲੰਘੀ ਤੇ ਉਹ ਡੋਰ ਨੂੰ ਨਿਆਣੇ ਫੜਦੇ ਸੀਗੇ। ਉਹ ਭਰਾਵਾ ਟੋਪੀ ਸਟੋਲ ਏਦਾਂ ਖਿੱਚ ਕੇ ਲਾ ਕੇ ਲੈ ਗਏ ਤੇ ਧਲਾਮ ਕਰ ਕੇ ਥੱਲੇ ਡਿੱਗੀ। ਸ਼ੁਕਰ ਮੈਂ ਬਚ ਗਈ। ਸੱਟ ਪੇਟ ਤਾਂ ਨਹੀਂ ਲੱਗੀ? ਸੱਟ ਸੁੱਟ ਨਹੀਂ ਲੱਗੀ, ਉਦਾਂ ਮਾੜਾ ਮੋਟਾ ਦੁਖਦਾ ਲੱਕ ਲੁੱਕ, ਉਦਾਂ ਮੈਂ ਬਚ ਗਈ। ਲੈ ਦੱਸ, ਇਹ ਚਾਨਣ ਡੋਰ ਦੇ ਬਹੁਤ ਸਿਆਪਿਆਂ ਦੇ ਆ, ਤੂੰ ਘਰ ਨਾ ਉਹਨੂੰ ਕਮੀ ਡਿੱਗੀ ਥੱਲੇ ਨਾ ਸਕੂਟਰ ਤੇ। ਟੋਪੀ, ਮੈਂ ਹੈਰਾਨ ਰਹਿ ਗਈ, ਇੰਨੀ ਤਾਕਤ ਸੀ ਡੋਰ ਦੇ ਵਿੱਚ, ਇੰਨੀ ਮਜ਼ਬੂਤੀ ਆ, ਨਹੀਂ ਟੋਪੀ ਲਾ ਕੇ ਉਹ ਇੰਨਾ। ਸ਼ੁਕਰ ਕਿਤੇ ਤੇਰੇ ਮੱਥੇ ਚ ਨੀ ਧੋਣ ਨੀ ਵੱਢ ਹੋ ਗਈ। ਮੈਂ ਨਾ ਖਬਰਾਂ ਸਵੇਰੇ ਪੜ੍ਹੀਆਂ ਤੇ ਉਹਦੇ ਵਿੱਚ ਨਾ ਇੱਕ ਵਾਵਾ ਬਜ਼ੁਰਗ ਜਿਹਾ ਸੀਗਾ ਤੇ ਉਹਦੇ ਵਿਚਾਰੇ ਦੇ ਬੁੱਲਾਂ ਤੇ ਫਿਰ ਗਈ ਤੇ ਬੁੱਲ ਕੱਟੇ ਗਏ ਪੂਰੇ ਹੀ। ਅੱਛਾ। ਤੇ ਮੈਂ ਕਿਹਾ ਵੇਲਾ ਨਿਆਣਿਆਂ ਨੂੰ ਮਾਸ, ਨਿਆਣਿਆਂ ਨੂੰ ਵੀ ਛੱਡ, ਗਲਤੀ ਤੇ ਕਰਦਿਆਂ ਦੀ ਆ, ਰੋਕਣਾ ਤੇ ਚਾਹੀਦਾ ਬੱਚੇ ਨੂੰ। ਜਦੋਂ ਸਰਕਾਰ ਨੇ ਕਿਹਾ ਆ ਵੀ ਇਹ ਨਾ ਵਰਤੋ ਨਾ ਵਰਤੋ ਤੇ ਫਿਰ ਨੀ ਖੜਦੇ। ਇਹ ਡਰਦੇ ਨੀ, ਪੁਲਿਸ ਦੇ ਲਾ ਕਿੱਦਾਂ ਬਾਜ਼ਾਰਾਂ ਚ ਘੁੰਮਦੀ ਹੈ ਨਾ, ਡਰਦੇ ਨੇ। ਨਾਲੇ ਹੁਣ ਹੋਰ ਵੀ ਸੁਣ ਲਾ, ਮੋਰੇ ਬਸੰਤ ਪੰਚਮੀ ਆ ਗਈ ਆ, ਲੋਕ ਬਸੰਤ ਪੰਚਮੀ ਪਤੰਗ ਬੜੇ ਚੜਾਉਂਦੇ ਆ ਤੇ ਫਿਰ ਪੁਲਿਸ ਨੇ ਘੁੰਮਣਾ, ਲੋਕੀ ਡੋਰਾਂ ਬਹੁਤ ਰੱਖਦੇ, ਪਰ ਚੜਾਵੋ ਤਿਆਰ ਦੂਜੀ ਡੋਰ ਚੜਾਵੋ। ਅੱਗੇ ਵੀ ਲੋਕ ਪਤੰਗ ਚੜਾਉਂਦੇ ਹੀ ਸੀਗੇ। ਆਹੋ, ਅੱਗੇ ਚੜਾਈ ਦੇ ਸੀ। ਪੰਛੀਆਂ ਦਾ ਨੁਕਸਾਨ ਹੋਣ ਡਿਆ ਉਹ ਵੱਖਰਾ, ਉਹ ਤੇ ਬੇਜਗਾਨ ਕੁਛ ਕਹਿ ਵੀ ਨਹੀਂ ਸਕਦੇ ਨਾ। ਹੁਣ ਅਸੀਂ ਕੀ ਕਰ ਸਕਦੇ ਨਿਆਣ, ਸਰਕਾਰਾਂ ਨੂੰ ਚਾਹੀਦਾ ਆ। ਸਰਕਾਰਾਂ ਵੀ ਉੱਥੇ ਕੀ ਕਰਨ, ਜਿੰਦਰ ਸਰਕਾਰ ਵੀ ਨਹੀਂ ਕਰ ਸਕਦੀ। ਹੁਣ ਮੇਰੀ ਗੱਲ ਸੁਣ, ਆਹ 2 ਮਹੀਨੇ ਤੇ ਹੋ ਗਏ ਛਾਪੇ ਮਾਰਦਿਆਂ ਨੂੰ, ਉਹਨਾਂ ਨੂੰ ਦੁਕਾਨਾਂ ਤੇ ਕਿੰਨੇ ਛਾਪੇ ਮਾਰਨ ਦੇ ਆ। ਆਪਣੇ ਦੇਸ਼ ਨੂੰ ਤਰੱਕੀ ਕਿੱਥੋਂ ਮਿਲਣੀ ਆ, ਭੁੱਖੇ ਤੇ ਹੈਗੇ ਆ, ਰਿਸ਼ਵਤ ਇੱਥੇ ਚੱਲਦੀ ਆ, ਸਰਕਾਰਾਂ ਵੀ ਕੀ ਕਰ ਸਕਦੀ? ਸਹੀ ਗੱਲ ਤੇਰੀ। ਆਹੋ, ਹੁਣ ਇਕੱਲੇ ਬੰਦੇ ਦੇ ਸਿਰ ਤੇ ਥੋੜੀ, ਸਾਰੇ ਰਲ ਮਿਲ ਕੇ ਇਸ ਗੱਲ ਦਾ ਹੱਲ ਕੱਢਣ ਫੇਰ ਹੀ ਆ। ਬਾਅਦ ਚ ਸਰਕਾਰਾਂ ਨੂੰ ਕਹਿ ਦਿੰਦੇ ਤੂੰ ਤਾਂ ਲਾ। ਮੈਨੂੰ ਤੇ ਇਹ ਫਿਕਰ ਪਈ ਹੁੰਦੀ ਆ ਵੀ ਆ ਨਿਆਣਿਆਂ ਨੂੰ ਸਵੇਰੇ ਲੈ ਕੇ ਜਾਈਦਾ ਸਕੂਟਰੀਆਂ ਤੇ, ਛੱਡਣ ਜਾਈਦਾ ਲੈ ਕੇ ਆਈਦਾ ਸ਼ਾਮ ਨੂੰ, ਵੀ ਕਿਤੇ ਨਿਆਣਿਆਂ ਦਾ ਨਾ ਨੁਕਸਾਨ ਹੋ ਜੇ ਕੋਈ। ਹੁਣ ਮੇਰਾ ਸਟੋਵ ਤਾਂ ਟੋਪੀ ਲੈ ਕੇ ਤੇ, ਹੁਣ ਮੈਨੂੰ ਤੈਨੂੰ ਨੀ ਪਤਾ ਮੈਂ ਘਰ ਕਿੱਦਾਂ ਜਾਣਾ, ਬੜੀ ਠੰਡ ਆ। ਹੁਣ ਮੈਂ ਨਵੀਂ ਲੈਂਦੀ ਆ ਤੇ ਫਿਰ ਨਵੀਂ ਲੈ ਲਾ, ਹੋਰ ਕੀ ਕਰਨਾ ਵਾ। ਚੱਲ ਫਿਰ ਚੱਲੀਏ, ਫਿਰ ਜਾਇਆ ਨੀ ਬਾਜ਼ਾਰ ਨੂੰ, ਤੁਰ ਕੇ ਚੱਲ ਜਾਂਦੀਆਂ ਆ। ਆ ਚੱਲੀਏ, ਤੁਰ ਕੇ ਚੱਲ ਜਾਂਦੀਆਂ, ਹੁਣ ਬਚ ਕੇ ਰਹੀ। ਆਹੋ, ਬਚ ਕੇ ਹੀ ਆ, ਹੁਣ ਨੀ ਮੈਂ ਹੁਣ ਧਿਆਨ ਦੇ ਰਹਿਣਾ ਆਪਦਾ, ਦੇਖ ਕੇ ਜਿੱਥੇ ਨਿਆਣੇ ਨੂੰ ਹੋਊਗਾ ਉੱਥੇ ਡਰ ਕੇ ਰਹੂੰਗੀ ਨਾ। ਤੇ ਨਿਆਣਿਆਂ ਨੂੰ ਵੀ ਸਮਝਾਈ ਤੇ ਨਾਲੇ ਆਪ ਨਾ ਖਰੀਦ ਖਰੀਦ ਕੇ ਦੇ। ਨਾ ਨਾ, ਮੈਂ ਨੀ ਦੇਖਣਾ, ਮੈਂ ਨੀ ਖਰੀਦਣਾ ਖਰੀਦਣਾ। ਆਹੋ, ਮੈਨੂੰ ਤਾਂ ਆ ਚੇ ਹੁਣ ਭੁੱਲਣਾ ਨੀ, ਆ ਚਲੇ ਮੇਰੇ ਨਾਲ, ਆ ਜਾ ਬਿੰਦੂ। ਸੱਤ ਤੈਨੂੰ ਮੈਂ ਗੱਲ ਦੱਸ, ਆ ਦੇਖਦਾ, ਆ ਦੇਖ ਇਹਨਾਂ ਦੇ ਕੰਮ। ਮੇਰੀ ਗੱਲ ਸੁਣ, ਹੋਰ ਜਦੋਂ ਮੈਂ ਦੁਕਾਨ ਤੋਂ ਨਿਕਲੀ ਨਾ ਤੇ ਮੈਂ ਤੇਰੇ ਵੱਲ ਆਉਂਦੀ ਸੀਗੀ, ਮੈਂ ਕਿਹਾ ਉਹ ਲੈ ਮੈਂ ਸੂਟ ਵਿਆਹ ਦੇ, ਤਾਂ ਉਹ ਨਿਆਣੇ ਇਧਰੋਂ ਇਧਰੋਂ ਦੌੜੇ ਦੌੜ ਪਤੰਗ, ਸਿੱਧੀ ਨਿਗਾਹ ਪਤੰਗ ਚ, ਇੰਨੀਆਂ ਹੁਣ ਤੇਰੇ ਸਾਹਮਣੇ ਗੱਡੀਆਂ ਕਿੰਨੀਆਂ ਖੜੀਆਂ ਬਾਜ਼ਾਰ 'ਚ ਆਦੇ, ਹੈਨਾ? ਤੇ ਮੈਂ ਉਹੀ ਸੋਚਿਆ ਜਿੱਦਾਂ ਤੱਕ ਨਿਆਣੇ ਲਾਉਣ ਲੱਗੇ ਪਤੰਗ, ਤੱਕ ਹੀ ਖੁੱਲ੍ਹ ਗਈ, ਜੇ ਕਿਸੇ ਗੱਡੀ ਵਾਲਾ ਕੋਈ ਲੰਘ ਗਿਆ, ਜੇ ਗੱਡੀ ਵਾਲਾ ਵੱਜੂ ਜਾਂ ਇਹ ਵੱਜਣ ਗੱਡੀ ਦੇ ਪਿੱਛੇ ਨਾ। ਸਹੀ ਗੱਲ ਆ, ਮੈਂ ਤਾਂ ਜਿਹੜੇ ਇੱਥੇ ਰਹਿੰਦੇ ਨਹੀਂ ਨਿਆਣੇ, ਇਹਨਾਂ ਨੂੰ ਰੋਕਦੀ ਰਹਿੰਦੀ ਆ ਤੇ ਪਿੱਛੇ ਨੂੰ ਜਾਈ ਜਾਣਗੇ ਪਤੰਗ ਚੜਾਉਂਦੇ ਪਿੱਛੇ ਨੂੰ, ਤੇ ਪਿੱਛੇ ਵਹਿੰਦੇ ਨੀ ਵੀ ਗੱਡੀਆਂ ਆਉਣ ਡੀਆਂ। ਉਹੀ ਗੱਲ,
लोहड़ी शुरू हो जाती है लोहड़ी लोहड़ी तो लग के बसंत का हर महीना लोग न्याणे पतंग चढ़ाते हैं पर चढ़ाउण असीं भी खुश हाँ बच्चे खुश है ना बच्चों में खुश होंगे पर डोर ना यूज करो चाइना डोर ना यूज करो पर मेनू अगला आ गई मेरी टोपी भी गई 100 रुपए की स्टॉल शुक्र कर तू बच गई हूं मैं लेना स्टॉल कोटी लैनी है टोपी चल मेरा चल भी माड़ा जहां चल चलिए फिर ले चल आ चलिए फिर हूं एक गल सुन ला हूं न्याणे फिर दिसणगे ना दबका मारी न्याणे बथेरे मारदी आखे लगते न्याणे जिदा मर्जी समझा न्याणे चल कोई गल नहीं चल आ जा चलिए।